ਕੇਂਦਰ ਸਰਕਾਰ ਨੇ UPS ਇੱਕ ਨਵੀਂ ਸਕੀਮ ਲਿਆਉਂਦੀ ਹੈ ਤਾਂ ਫਿਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਇਹਦੇ 'ਤੇ ਵਿਚਾਰ ਕਰੇਗੀ। ਤੁਹਾਡੀ OPS ਵਾਲੀ ਜਿਹੜੀ ਡਿਮਾਂਡ ਹੈ, ਆਵਾਜ਼ ਹੈ, ਉਹ ਕਿਤੇ ਦੱਬ ਸਕਦੀ ਹੈ? ਸੋਨੂੰ ਪਹਿਲਾਂ ਤਰਲੋਚਨ ਜੀ, ਮੈਂ ਆਪ ਜੀ ਦੇ ਚੈਨਲ ਦਾ ਆਪ ਜੀ ਦਾ ਧੰਨਵਾਦੀ ਹਾਂ ਕਿ ਤੁਸੀਂ ਸਾਡੀ ਡਿਬੇਟ ਰੱਖ ਕੇ ਸਾਡੇ ਮੁਲਾਜ਼ਮ ਸਾਥੀਆਂ ਤੱਕ ਸਾਰੀ ਗੱਲਬਾਤ ਪਹੁੰਚਾ ਰਹੇ ਹੋ ਜੀ। ਇੱਥੇ ਤਾਂ ਸਰਕਾਰ ਨੇ ਜਿਹੜੀ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਤਾਂ ਉਹਦੇ ਵਿੱਚ 18/11/2022 ਨੂੰ ਜਾਰੀ ਕੀਤੀ ਸੀ, ਉਹਦੇ 'ਚ OPS ਦੇਣ ਦੀ ਗੱਲ ਕਹੀ ਸੀ। ਇੱਥੇ ਸਰਕਾਰ ਨੇ ਜਿਹੜੀ ਨੋਟੀਫਿਕੇਸ਼ਨ ਜਾਰੀ ਕਰੀ ਹੈ 18/11/22 'ਚ ਉਹਨਾਂ ਨੇ ਕਿਹਾ ਅਸੀਂ OPS ਦੇਵਾਂਗੇ, ਪਰ ਜਿਹੜਾ ਮੁੱਦਾ ਫਸ ਰਿਹਾ ਸੀਗਾ ਪੰਜਾਬ ਸਰਕਾਰ ਨਾਲ ਉਹ ਇਹ ਸੀ ਕਿ PFRDA ਪੈਸਾ ਨਹੀਂ ਦੇ ਰਿਹਾ। ਹੁਣ ਜਿਹੜੀ ਸੈਂਟਰ ਨੇ UPS ਲਾਗੂ ਕਰਤੀ ਇਹਦੇ 'ਚ ਕਲੀਅਰ ਹੈ ਜਿਹੜਾ ਪੈਸਾ ਹੈ, ਹਜੇ ਮੈਂ ਕਹਿ ਨਹੀਂ ਸਕਦਾ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਪਤਾ ਚੱਲੇਗਾ, ਪੈਸਾ ਸਟੇਟਾਂ ਨੂੰ ਹੀ ਮਿਲੇਗਾ, ਜਿਹੜਾ PFRDA ਦਾ ਪੈਸਾ ਉਹ ਮਿਲਣਾ ਸ਼ੁਰੂ ਹੋ ਜਾਏਗਾ ਸਟੇਟਾਂ ਨੂੰ, ਤਾਂ ਹੀ ਪੈਨਸ਼ਨ ਲਏਗੀ ਸਟੇਟ। ਤੇ ਇਹ ਜਿਹੜਾ ਮਸਲਾ ਸਰਕਾਰ ਦਾ ਹੱਲ ਹੁੰਦਾ ਦਿਖਦਾ ਤੇ ਪੰਜਾਬ ਸਰਕਾਰ ਨੂੰ UPS ਨੂੰ ਇਗਨੋਰ ਕਰਕੇ OPS ਹੀ ਲਾਗੂ ਕਰਨੀ ਚਾਹੀਦੀ ਹੈ, ਕਿਉਂਕਿ ਇਹਨਾਂ ਨੇ ਕਮਿਟਮੈਂਟ ਵੀ ਕੀਤੀ ਹੈ, ਨੋਟੀਫਿਕੇਸ਼ਨ ਵੀ ਜਾਰੀ ਕੀਤੀ ਹੈ। ਤੇ ਜਿੱਥੇ ਤੱਕ ਹੁਣ UPS ਦੀ ਗੱਲ ਹੈ, ਸੈਂਟਰ ਗੌਰਮੈਂਟ ਦੀ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਠੀਕ ਆ, ਜਿਹੜਾ ਮੇਰਾ ਪੈਸਾ 10% ਜਿਹੜਾ ਮੈਂ ਸ਼ੇਅਰ ਦਿਆ ਪਲੱਸ ਉਹਦਾ ਜਿਹੜਾ ਇੰਟਰਸਟ ਬਣਦਾ ਮੇਰਾ ਉਹ ਮੈਂ ਆਪਣੀ ਦੱਸ ਦੇਣਾ, ਤਕਰੀਬਨ ਮੇਰਾ 14 ਲੱਖ ਰੁਪਇਆ ਬਣਦਾ ਜੀ। 14 ਲੱਖ ਦੇ ਵਿੱਚੋਂ ਸਰਕਾਰ ਕਹਿ ਰਹੀ ਹੈ ਇੱਕ ਲੰਬਸਮ 1/10 ਦੇ ਫਾਰਮੂਲੇ ਨਾਲ ਦੇ ਰਹੀ ਹੈ, ਜਿਹੜਾ ਲੰਬਸਮ ਮਿਲ ਰਿਹਾ ਮੈਨੂੰ 4 ਲੱਖ ਮਿਲ ਰਿਹਾ ਜੀ। ਜਿਹੜਾ 10 ਲੱਖ ਅਮਾਊਂਟ ਹੈ ਉਹ ਸਰਕਾਰ ਮੇਰਾ ਹੜਪ ਰਹੀ ਹੈ, ਗੱਲ ਸਹੀ ਹੈ ਡਾਕਟਰ ਸਾਹਿਬ ਦੀ, ਹੜਪ ਰਹੀ ਹੈ। ਸਰਕਾਰ ਨੇ UPS ਨਹੀਂ ਦੇਈ, ਸਰਕਾਰ ਇਹ ਕਹਿ ਰਹੀ ਹੈ ਕਿ ਖਰੀਦ ਲਓ ਪੈਨਸ਼ਨ, ਸਾਡਾ ਫੰਡ ਰੱਖ ਕੇ ਸਰਕਾਰ ਕਹਿ ਰਹੀ ਹੈ ਖਰੀਦੋ ਇਹਨੂੰ ਪੈਨਸ਼ਨ ਨੂੰ, ਜਦਕਿ ਕੋਈ ਫਰਕ ਨਹੀਂ ਹੈ, ਇੱਕ MLA MP ਕੋਈ ਵੀ 5 ਸਾਲ ਨੌਕਰੀ ਕਰਦਾ, 5 ਸਾਲ ਕਰਦਾ ਟਰਨਓਵਰ, ਜਦਕਿ ਉਹ ਸੇਵਾ ਹੈ, ਸੇਵਾ ਦੇ ਵਿੱਚ ਉਹ ਪੈਨਸ਼ਨ ਲੈ ਰਿਹਾ, ਸਾਡੀ ਸਰਵਿਸ ਹੈ, ਅਸੀਂ ਸਰਵਿਸ ਦੇ ਵਿੱਚ OPS ਪੁਰਾਣੀ ਪੈਨਸ਼ਨ ਦੇ ਹੱਕਦਾਰ ਕਿਉਂ ਨਹੀਂ ਹੈ? ਕਿਉਂਕਿ ਅੱਜ ਦੀ ਡੇਟ 'ਚ ਜਿੰਨੇ MLA ਜਿੰਨੇ ਮੰਤਰੀ ਹੈ ਸਾਰੇ OPS ਲੈ ਰਹੇ ਹੈ। ਇਸ ਕਰਕੇ ਸਾਡੇ ਪੰਜਾਬ ਦੇ ਮੁਲਾਜ਼ਮਾਂ ਦੀ ਇਹੀ ਡਿਮਾਂਡ ਹੈ ਸਰਕਾਰ ਨੂੰ, ਸਾਡੀ ਪੰਜਾਬ ਸਰਕਾਰ ਨੂੰ, ਕਿ ਸਾਨੂੰ ਹੁਣ OPS ਜਿਹੜੀ ਹੈ ਮੁਕੰਮਲ ਜਾਰੀ ਕਰ ਦੇ, ਕਿਉਂਕਿ ਅਸੀਂ ਜਦ ਮੀਟਿੰਗ ਕਰੀ ਸੀ ਪਿਛਲੇ ਕੁਝ ਦਿਨ ਪਹਿਲਾਂ ਵਿੱਤ ਵਿਭਾਗ ਦੇ ਅਫਸਰਾਂ ਨਾਲ, ਉਹਨਾਂ ਨੇ ਕਿਹਾ ਸੀ ਵੀ ਇਹ ਸੈਂਟਰ ਵੱਲ ਦੇਖ ਰਹੇ ਹਾਂ ਕਿ ਸੈਂਟਰ ਕਿਆ ਲਾਗੂ ਕਰਦਾ, ਉਹਦੇ ਹਿਸਾਬ ਨਾਲ ਫਿਰ ਅਸੀਂ ਆਪਣਾ ਫੈਸਲਾ ਲਵਾਂਗੇ। ਮੈਂ ਸੁਸ਼ੀਲ ਜੀ ਇੱਥੇ ਐਡ ਕਰਦਾ ਗੱਲ, ਬਿਲਕੁਲ ਮੈਂ ਉੱਥੇ ਆਉਣਾ ਚਾਹੁੰਦਾ ਸੀ। CPF ਕਰਮਚਾਰੀ ਯੂਨੀਅਨ ਦੀ ਪਿਛਲੇ ਸਮੇਂ ਸਰਕਾਰ ਨਾਲ ਮੀਟਿੰਗ ਸੀ ਅਤੇ ਜਦੋਂ ਉਹਨਾਂ ਨੇ OPS ਦੀ ਗੱਲ ਕੀਤੀ ਤਾਂ ਉੱਥੇ ਸੁਭਾਵਕ ਹੀ ਇੱਕ ਬਹੁਤ ਸੀਨੀਅਰ ਵਿੱਤ ਵਿਭਾਗ ਦਾ ਅਧਿਕਾਰੀ ਸੀ, ਉਹਦੇ ਮੂੰਹੋਂ ਨਿਕਲ ਗਿਆ ਵੀ ਹੁਣ ਤਾਂ ਗੱਲ ਖਤਮ ਹੋ ਗਈ, ਹੁਣ ਤਾਂ UPS ਲਾਗੂ ਕਰਾਂਗੇ। ਸੋ ਲੱਗਦਾ ਵੀ ਕਿਤੇ ਨਾ ਕਿਤੇ ਇੱਦਾਂ ਦੀ ਗੱਲ ਤਿਆਰ ਹੋ ਰਹੀ ਹੈ ਵੀ ਕੇਂਦਰੀ ਪੈਟਰਨ 'ਤੇ UPS ਪੰਜਾਬ 'ਚ ਲਾਗੂ ਹੋ ਸਕਦੀ ਹੈ। ਦੇਖੋ, ਜਦ ਅੱਜ ਦੀ ਡੇਟ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਜਿਹੜੀ ਸੈਂਟਰ ਗੌਰਮੈਂਟ ਆ ਉਹਦਾ ਵਿਰੋਧ ਕਰ ਰਹੇ ਹਾਂ ਪੂਰੇ ਮੁਲਾਜ਼ਮ, ਤੇ ਪੰਜਾਬ ਦੇ ਵਿੱਚ ਜੇ UPS ਲਾਗੂ ਕਰੇਗੀ ਪੰਜਾਬ ਸਰਕਾਰ ਤਾਂ ਪੰਜਾਬ ਸਰਕਾਰ ਦਾ ਵੀ 100% ਮੁਲਾਜ਼ਮ ਵਿਰੋਧ ਹੀ ਕਰਨਾ। ਆਉਣ ਵਾਲੇ ਟਾਈਮ 'ਚ ਹੁਣ ਹਰਿਆਣੇ 'ਚ ਇਲੈਕਸ਼ਨ ਹੈ ਅਤੇ ਅੱਗੇ ਦਿੱਲੀ 'ਚ ਵੀ ਇਲੈਕਸ਼ਨ ਹੈ, ਤਾਂ ਇਲੈਕਸ਼ਨਾਂ ਦੇ ਵਿੱਚ ਸਰਕਾਰ ਨੂੰ ਇਹਦਾ ਫਿਰ ਨਤੀਜਾ ਭੁਗਤਣਾ ਪਏਗਾ। ਪ੍ਰਭਦੀਪ ਜੀ, ਤੁਸੀਂ ਫੈਡਰੇਸ਼ਨ ਦੇ ਪੰਜਾਬ ਦੇ ਪ੍ਰਭਾਵੀ ਜੇ ਇੰਚਾਰਜ ਜੇ, ਤੁਹਾਨੂੰ ਕੀ ਲੱਗਦਾ ਵੀ ਪੰਜਾਬ 'ਚ ਜਦੋਂ OPS ਦੀ ਥਾਂ 'ਤੇ UPS ਦੀ ਗੱਲ ਆਊਗੀ ਵੀ ਇਹ ਲਾਗੂ ਕੀਤੀ ਜਾ ਸਕਦੀ ਹੈ ਅਤੇ ਮੁਲਾਜ਼ਮਾਂ ਵਿੱਚ ਕਿੰਨਾ ਕੁ ਰੋਸ ਹੈ, ਕਿੰਨਾ ਕੁ ਪ੍ਰੋਟੈਸਟ ਹੈ, ਸੰਘਰਸ਼ ਕਿੰਨਾ ਕੁ ਚੱਲੇਗਾ? ਸਰ, ਅੱਜ ਤੋਂ ਜਦੋਂ ਅਸੀਂ 2022 ਦੇ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਅਸੀਂ ਮਹਾਰਾਜਾ ਅਮਰਿੰਦਰ ਸਿੰਘ ਦੇ ਪਟਿਆਲੇ ਦੇ ਵਿੱਚ ਰੈਲੀ ਰੱਖੀ ਸੀ ਬਹੁਤ ਵੱਡੀ ਪੁਰਾਣੀ ਪੈਨਸ਼ਨ ਦੇ ਸੰਬੰਧ ਦੇ ਵਿੱਚ। ਅੱਜ ਜੋ ਪੰਜਾਬ ਦੇ ਮੌਜੂਦਾ ਖਜ਼ਾਨਾ ਮੰਤਰੀ ਨੇ, ਉਸ ਵੇਲੇ ਲੀਡਰ ਆਫ ਓਪੋਜੀਸ਼ਨ ਸਨ ਇਹ, ਤੇ ਇਹਨਾਂ ਨੇ ਉਸ ਰੈਲੀ ਦੇ ਵਿੱਚ ਆ ਕੇ ਇਹ ਸਟੇਟਮੈਂਟ ਪ੍ਰੈਸ ਦੇ ਮਾਧਿਅਮ ਰਾਹੀਂ ਦਿੱਤੀ ਸੀ ਕਿ ਅਗਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਦੀ ਹੈ
ਤਾਂ ਅਸੀਂ ਮੁਲਾਜ਼ਮਾਂ ਦੀ ਬਾਂਹ ਫੜਾਂਗੇ। ਜਿਹੜੇ 2004 ਤੋਂ ਬਾਅਦ ਮੁਲਾਜ਼ਮ ਭਰਤੀ ਹੋਏ ਨੇ, ਉਸ ਵੇਲੇ ਸਟੇਜ ਦੇ ਉੱਤੇ ਬਕਾਇਦਾ ਤਖ਼ਤੀ ਲੈ ਕੇ ਪੰਜਾਬ ਦਾ ਜੋ ਮੌਜੂਦਾ ਖਜ਼ਾਨਾ ਮੰਤਰੀ ਹੈ ਹਰਪਾਲ ਸਿੰਘ ਚੀਮਾ ਬੈਠੇ ਸਨ ਕਿ ਪੈਨਸ਼ਨ ਇੱਕ ਅਧਿਕਾਰ ਜ਼ਰੂਰੀ ਹੈ, ਪੈਨਸ਼ਨ ਉਹਨਾਂ ਨੇ ਤਖ਼ਤੀ ਲੈ ਕੇ ਬੈਠੇ ਸੀਗੇ ਕਿ ਪੈਨਸ਼ਨ ਬੜੀ ਜ਼ਰੂਰੀ ਹੈ ਅਤੇ ਅਸੀਂ ਜਦੋਂ ਆਵਾਂਗੇ ਤਾਂ ਉਹਨਾਂ ਨੂੰ ਪੈਨਸ਼ਨ ਦੇਵਾਂਗੇ।